ਪੰਜਾਬ ਸਰਕਾਰ ਵੱਲੋਂ ਗਊ ਸੈੱਸ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਨੇ, ਪਰ ਨਾ ਤਾਂ ਇਹਨਾਂ ਬੇਜ਼ੁਬਾਨ ਜਾਨਵਰਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਤੇ ਨਾ ਹੀ ਕੋਈ ਧਿਆਨ ਦਿੱਤਾ ਜਾ ਰਿਹਾ ਤੇ ਆਏ ਦਿਨ ਬੇਜ਼ੁਬਾਨ ਪਸ਼ੂ ਸੜਕਾਂ ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ। ਮਾਮਲਾ ਸਾਹਮਣੇ ਆਇਆ ਮੋਗਾ ਦੇ ਕੋਟਕਪੂਰਾ ਬਾਈਪਾਸ ਤੋਂ, ਜਿੱਥੇ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਲੁਧਿਆਣਾ ਤੋਂ ਕੋਟਕਪੂਰਾ ਜਾ ਰਹੇ ਟਾਟਾ 407 ਦੀ ਅਵਾਰਾ ਸਾਂਢ ਨਾਲ ਟੱਕਰ ਹੋ ਗਈ। ਅਮੂਮਨ ਅਜਿਹੇ ਹਾਦਸਿਆਂ ਵਿੱਚ ਇਨਸਾਨੀ ਜਾਨ ਨੂੰ ਨੁਕਸਾਨ ਪਹੁੰਚਦਾ ਹੈ, ਪਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਸਾਂਢ ਦੀ ਮੌਕੇ ਤੇ ਹੀ ਮੌਤ ਹੋ ਗਈ, ਪਰ ਟੈਂਪੂ ਚਾਲਕ ਬਾਲ ਬਾਲ ਬਚ ਗਿਆ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਾਦਸੇ ਵਾਲੀ ਥਾਂ ਦਾ ਮੰਜ਼ਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਜ਼ਬਰਦਸਤ ਸੀ ਕਿ ਟਾਟਾ 407 ਪੂਰਾ ਪਲਟ ਗਿਆ ਤੇ ਉਸਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਸਾਂਢ ਦੀ ਲਾਸ਼ ਵੀ ਸੜਕ ਤੇ ਪਈ ਹੈ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕੋਈ ਵੀ ਪੁਲਿਸ ਵਾਲਾ ਇਸ ਦੁਰਘਟਨਾ ਦੀ ਸੁਧ ਲੈਣ ਨਹੀਂ ਪਹੁੰਚਿਆ। ਘਟਨਾ ਹੋਈ, ਕੱਟਾ ਖੜਾ ਥਾ, ਗਾੜੀ ਸਮਾਰਤੇ ਸਮਾਰਤੇ ਗਾੜੀ ਲੜ ਗਈ, ਨੁਕਸਾਨ ਬਹੁਤ ਹੋ ਗਿਆ ਜੀ। ਕਹਾਂ ਸੇ ਆ ਰਹੇ ਥੇ ਆਪ? ਲੁਧਿਆਣੇ ਸੇ ਜੀ। ਆਪਕੇ ਪਾਸ ਕੋਈ ਪੁਲਿਸ ਗਾੜੀ ਪਹੁੰਚਾ ਵੀ? ਨਹੀਂ ਜੀ, ਕੋਈ ਨਹੀਂ ਪਹੁੰਚਾ ਅਭੀ ਤੱਕ, 4:30 ਵਜੇ ਦੀ ਬਾਤ ਹੈ। ਪੰਜਾਬ ਸਰਕਾਰ ਦਾਅਵੇ ਤਾਂ ਵੱਡੇ ਵੱਡੇ ਕਰਦੀ ਹੈ, ਪਰ ਸੜਕਾਂ ਦੇ ਕਿਨਾਰੇ ਬੈਠੇ ਅਵਾਰਾ ਪਸ਼ੂ ਤੁਹਾਨੂੰ ਆਸਾਨੀ ਨਾਲ ਹੀ ਵਿਖਾਈ ਦੇ ਜਾਣਗੇ, ਜੋ ਕਦੇ ਵੀ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ। ਪਰ ਸਰਕਾਰ ਉਸ ਵੇਲੇ ਹੀ ਜਾਗੇਗੀ ਜਦੋਂ ਕੋਈ ਵੱਡੀ ਅਨਹੋਨੀ ਹੋ ਜਾਵੇਗੀ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9563 9563।